ਕੁਲਦੀਪ ਵੱਡੇ ਸਰੋਂ ਦੀ ਪੁਸਤਕ ਤੂੰ ਕਿਉਂ ਉਦਾਸ ਹੋ ਦੀ ਕਹਾਣੀ ਐ ਨੂੰਸਸ ਇੱਕ ਤਾਂ ਸਰਦਾਰ ਗੁਰਨਾਮ ਸਿੰਘ ਤਹਿਸੀਲਦਾਰ ਦੂਜਾ ਘਰ ਦੀ ਚੰਗੀ ਭਲੀ ਜ਼ਮੀਨ ਪੱਕੇ ਚੁਬਾਰਿਆਂ ਵਾਲਾ ਵੱਡਾ ਹਵੇਲੀ ਨੂੰ ਮੰਗ ਕਰ ਫਿਰ ਘਰ ਦਾ ਪਹਿਲਾ ਵਿਆਹ ਉਹ ਵੀ ਉਹਦੇ ਪਲੇਠੇ ਲਾडले ਪੁੱਤਰ ਦਾ ਫਿਰ ਵਿਆਹ ਤਾਂ ਗੱਜ-ਵੱਜ ਕੇ ਹੋਣਾ ਹੀ ਸੀ ਉਤੋਂ ਕੁੜਮ ਵੀ ਚੰਗੇ ਰੱਜੇ ਪੁਜੇ ਠੱਕਰੇ ਤੇ ਕਾਕਾ ਜੀ ਦੀ ਵੋਟੀ ਤਾਂ ਜਿਵੇਂ ਸੋਹੱਪਣ ਦੀ ਮਿਸਾਲ ਹੋਵੇ ਸਰਦਾਰ ਗੁਰਨਾਮ ਸਿੰਘ ਦੀ ਹਵੇਲੀ ਤੋਂ ਲੈ ਕੇ ਪਹਾੜੀ ਕੁੜਮਾਂ ਦੇ ਪਿੰਡਾਂ ਤੱਕ ਮੈਰਿਜ ਪੈਲਸ ਤੋਂ ਲੈ ਕੇ ਮਹਿਮਾਨਾਂ ਦੇ ਬਹੁਤ ਸਾਰੇ ਕਮਰਿਆਂ ਤੱਕ ਤੇ ਉਹ ਤੋਂ ਵੀ ਹੋਰ ਵੱਡੇ ਹੋਟਲ ਦੀ ਵੱਡੀ ਰਿਸੈਪਸ਼ਨ ਤੱਕ ਖੂਬਸੂਰਤੀ ਹੀ ਖੂਬਸੂਰਤੀ ਫੈਲੀ ਰਹੀ ਕਈ ਦਿਨਾਂ ਤੱਕ ਯਾਨੀ ਕਾਕਾ ਜੀ ਦਾ ਵਿਆਹ ਸੀ ਕਿ ਖਤਮ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਆਖਿਰ ਖਤਮ ਹੋਇਆ ਜਦ ਪਿੰਡ ਤੋਂ ਥੋੜੀ ਦੂਰ ਵੱਡੇ ਸ਼ਹਿਰ 'ਚ ਵੱਡੇ ਹੋਟਲ 'ਚ ਕਾਕਾ ਜੀ ਦੀ ਸੁਹਾਗ ਰਾਤ ਲਈ ਵੱਡਾ ਕਮਰਾ ਬੁੱਕ ਕਰਵਾਇਆ ਗਿਆ ਤਿਹ ਹੁਣ ਉਸ ਕਮਰੇ ਨੂੰ ਸਜਾਉਣਾ ਹੋਟਲ ਦੀ ਜ਼ਿੰਮੇਵਾਰੀ ਸੀ ਜੋ ਕਿ ਬਹੁਤ ਵਧੀਆ ਨਿਭਾਈ ਗਈ ਸੀ ਫਿਰ ਜਦੋਂ ਕਾਕਾ ਜੀ ਦੀ ਵਾਟੀ ਪਿੰਡ ਪਰਤੇ ਤਾਂ ਪਿੰਡ ਦੀਆਂ ਸੁਆਣੀਆਂ ਉਹ ਮੋੜੂ ਮੋੜ ਕੇ ਵਾਟੀ ਨੂੰ ਵੇਖਣ ਲਈ ਔਲੀਆਂ ਤੇ ਵਾਟੀ ਦਾ ਹੁਸਨ ਵੇਖ ਵੇਖ ਕੇ ਹੈਰਾਨ ਪੁਰੀਆਂ ਸਨ ਖੈਰ ਸੋਹਣਾ ਦਾ ਕਾਕਾ ਜੀ ਵੀ ਸੀ ਭੋਲਾ ਭਾਲਾ ਚਿਹਰਾ ਨਾਜ਼ੁਕ ਜਿਹਾ ਸਰੀਰ ਦਰਮਿਆਨਾ ਕੱਦ ਤੇ ਕੋਰਾ ਚਟਾ ਰੰਗ ਹਲੂਆ ਜਿਹਾ ਕਾਕਾ ਜੀ ਆਪਣੇ ਮਾਪਿਆਂ ਦਾ ਪਹਿਲਾ ਪੁੱਤਰ ਸੀ ਬੀਏ ਕਰਦੇ ਆਂ ਸਰਦਾਰ ਗੁਰਨਾਮ ਸਿੰਘ ਦੀ ਰਸੂਖੀ ਕਾਕਾ ਜੀ ਨੂੰ ਨਾਲ ਦੇ ਛੋਟੇ ਸ਼ਹਿਰ ਦੇ ਐਫਸੀਆਈ ਵਿਭਾਗ ਵਿੱਚ ਚੰਗੀ ਨੌਕਰੀ ਮਿਲ ਗਈ ਸੀ ਤੇ ਨੌਕਰੀ ਤੇ ਲੱਗਦੇ ਆਂ ਕਾਕਾ ਜੀ ਦੇ ਵਿਆਹ ਲਈ ਸਰਦਾਰ ਤੇ ਸਰਦਾਰਨੀ ਕਾਲੇ ਪੈ ਗਏ ਸਨ ਉਹਨਾਂ ਦਾ ਪਲੇਠਾ ਪੁੱਤ ਸਲਾਡਲਾ ਤੇ ਸੋਨਾ ਕਾਕਾ ਜੀ ਦੇ ਜਨਮ ਤੋਂ ਬਾਅਦ 4 ਕੁ ਸਾਲ ਕਾਕਾ ਜੀ ਦੀ ਮਾਂ ਨੂੰ ਜਿਹਦਾ ਨਾਂ ਹਰਬੰਸ ਕੌਰ ਸੀ ਪਰ ਪਿੰਡ 'ਚ ਸਭ ਜਿਹਨੂੰ ਤਹਿਸੀਲਦਾਰਨੀ ਕਹਿ ਕੇ ਬੁਲਾਉਂਦੇ ਸੀ ਕੋਈ ਔਲਾਦ ਨਾ ਹੋਈ ਬਸ ਕੁਦਰਤ ਦੀ ਕੋਈ ਖੇਡ ਸੀ ਮੁਰ ਜਦੋਂ ਕਾਕਾ ਜੀ 5 ਸਾਲ ਦਾ ਹੋਇਆ ਤਾਂ ਹਰਬੰਸ ਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਤੇ ਮੁਰ 2 ਕੁ ਸਾਲਾਂ ਬਾਅਦ ਫਿਰ ਦੂਜੀ ਬੇਟੀ ਨੂੰ ਫਿਰ ਵੀ ਹਰਬੰਸ ਕੌਰ ਜੇ ਜੋਹਾਨ ਜਹਾਨ ਲੱਗਦੀ ਸੀ ਮਸਾ ਕਿਤੇ ਚਾਲੀਆਂ ਨੂੰ ਟੱਪੇ ਹੋਏਗੀ ਟੱਪੀ ਹੋਏਗੀ ਗੋਰੀ ਚਿੱਟੀ ਭੋਲੇ ਜੇ ਪਿਆਰੇ ਜੇ ਮੁਖੜੇ ਵਾਲੀ ਦਰਮਿਆਨੇ ਕੱਦ ਦੀ ਖਿੜਖਿੜ ਹੱਸਦੀ ਤੀਨੀ ਤੇ ਸਰਦਾਰ ਗੁਰਨਾਮ ਸਿੰਘ ਵੀ ਉਹਦੇ ਮੁਕਾਬਲੇ 'ਚ ਉਹਨਾ ਹੀ ਸੋਹਣਾ ਸਰਦਾਰ ਬਿੱਲੀਆਂ ਬਲੌਰੀ ਅੱਖਾਂ ਵਾਲਾ ਦਗ-ਦਗ ਕਰਦੇ ਚਿਹਰੇ ਵਾਲਾ ਛੋਟੇ ਜੇ ਗੋਲ ਨੱਕ ਤੇ ਸਾੰਮਲੇ ਸੋਨੇ ਭਰੇ ਭਰੇ ਬੁੱਲਾ ਵਾਲਾ ਤੇ ਕਾਲੀ ਤੇ ਕਿਤੇ ਕਿਤੇ ਚਿੱਟੀਆਂ ਧਾਰਾਂ ਵਾਲੀ ਸੋਹਣੀ ਬੰਨਵੀ ਦਾੜੀ ਵਾਲਾ ਇਹ ਉਹ ਲੱਗਦਾ ਸੀ ਜਿਵੇਂ ਕਾਕਾ ਜੀ ਦੇ ਮਾਂ-ਬਾਪ ਦੀ ਜੋੜੀ ਤਾਂ ਰੱਬ ਨੇ ਆਪ ਬਣਾਈ ਹੋਵੇ ਤੇ ਕਾਕਾ ਜੀ ਦਾ ਅਸਲੀ ਨਾਂ ਤੇ ਹਰਮਨ ਸਿੰਘ ਸੀ ਪਰ ਬਚਪਨ ਤੋਂ ਹੀ ਸਭ ਸਿਰੀ ਨੌਕਰ ਚੱਕਰ ਉਹਨੂੰ ਕਾਕਾ ਜੀ ਕਹਿ ਕੇ ਬੁਲਾਉਂਦੇ ਸਨ ਤਾਂ ਹਰਮਨ ਸਿੰਘ ਦਾ ਨਾਂ ਸਿਰਫ ਉਹਦੇ ਸਕੂਲ ਕਾਲਜ ਤੇ ਮੁਰੇ ਨੌਕਰੀ ਦੇ ਕਾਗਜ਼ਾਂ 'ਤੇ ਮਹਦੂਦ ਰਹਿ ਗਿਆ ਨਾ ਉਹਦਾ ਕਾਕਾ ਜੀ ਹੀ ਪੱਕ ਗਿਆ ਕਾਕਾ ਜੀ ਦੀ ਬੋਟੀ ਬਲਬੀਰ कौर ਜਦ ਆਪਣੇ ਸੱਸ ਆਪਣੇ ਸੱਸ ਹਰਬੰਸ कौर ਨਾਲ ਚੌਂਕੇ 'ਚ ਬੈਠਦੀ ਜਾਂ ਰਲ ਕੇ ਕੋਈ ਹੋਰ ਕੰਮਕਾਜ ਕਰਦੀ ਤਾਂ ਇਦਾਂ ਲੱਗਦਾ ਸੀ ਦੋਵੇਂ ਨੂੰ ਸੱਸ ਨਹੀਂ ਪੈਣਾ ਪਊਣ ਉਤੋਂ ਹਰਬੰਸ कौर ਦਾ ਸੁਭਾਅ ਇੰਨਾ ਚੰਗਾ ਹਸੂ ਹਸੂ ਕਰਨ ਵਾਲਾ ਤੇ ਮਿਲਣ ਅਨਸਾਰ ਉਹ ਆਪਣੀ ਸੋਹਣੀ ਜੀ ਏਲੜੂ ਮਰਵਾਲੀ ਤੇ ਗੱਠੇ ਹੋਏ ਸਰੀਰ ਵਾਲੀ ਗੋਰੀ ਚਿੱਟੀ ਪਹਾੜਰ ਨੂੰ ਨਾਲ ਲਾੜਵੀ ਬਹੁਤ ਕਰਦੀ ਸੀ ਹਰ ਵੇਲੇ ਉਹ ਚਾਹੁੰਦੀ ਸੀ ਕਿ ਬਲਬੀਰ ਸਜੀ ਤੇ ਜੀ ਰਹੇ ਗਹਿਣਾ ਗੱਟਾ ਪਾ ਕੇ ਰੱਖੇ ਸਵੇਰੇ ਜਿਹੜਾ ਨਹਾ ਧੋ ਕੇ ਸੂਟ ਪਾਵੇ ਉਹ ਸ਼ਾਮ ਨੂੰ ਬਦਲ ਲਵੇ ਤੇ ਸ਼ਾਮ ਨੂੰ ਦੂਜਾ ਹੋਰ ਵੀ ਸੋਹਣਾ ਸੂਟ ਪਾ ਲਵੇ ਸ਼ਾਮ ਨੂੰ ਫਿਰ ਤੋਂ ਆਪਣਾ ਮੂੰਹ ਮੱਥਾ ਸਵਾਰੇ ਸੋਹਣੀ ਸੁਰਖੀ ਬਿੰਦੀ ਲਾਵੇ ਤੇ ਕਾਕਾ ਜੀ ਦੀ ਮਰੂਤੀ ਕਾਰ ਦੇ ਆਉਣ ਤੋਂ ਪਹਿਲਾਂ ਉਹ ਸਜ ਧਜ ਕੇ ਬੈਠ ਜਾਏ ਸੱਜਣ ਫੱਬਣ ਦਾ ਸ਼ੌਕ ਤਾਂ ਬਲਬੀਰ ਨੂੰ ਵੀ ਕਾਫੀ ਸੀ ਉਹ ਵੀ ਦਿਲ ਨਾਲ ਤਿਆਰ ਹੁੰਦੀ ਸੂਟ ਨਾਲ ਮੈਚਿੰਗ ਸੈੱਟ ਪਾਉਂਦੀ ਮੈਚਿੰਗ ਬਿੰਦੀ ਲਾਉਂਦੀ ਤੇ ਖੂਬਸਾਰਾ ਪਰਫਿਊਮ ਲਾਉਂਦੀ ਆਪਣੇ ਆਪ ਨੂੰ ਨਹੀਂ ਉਹ ਆਪਣੇ ਤੇ ਕਾਕਾ ਜੀ ਦੇ ਕਮਰੇ ਨੂੰ ਵੀ ਖੂਬ ਸਜਾਉਂਦੀ ਰੋਜ਼ ਡਬਲ ਬੈੱਡ ਦੀ ਚਾਦਰ ਬਦਲਦੀ ਪਰਦੇ ਝਾੜਦੀ ਮੀਜ਼ ਕੁਰਸੀਆਂ ਦੀ ਡਸਟਿੰਗ ਕਰਦੀ ਸ਼ੀਸ਼ੇ ਵਾਲੀ ਅਲਮਾਰੀ 'ਚ ਪਈਆਂ ਆਪਣੀ ਆਪਣੇ ਤੇ ਕਾਕਾ ਜੀ ਦੇ ਵਿਆਹ ਦੀ ਐਲਬਮਾਂ ਨੂੰ ਸਵਾਰ ਕੇ ਪਹੁੰਚ ਕੇ ਰੱਖਦੀ ਬਲਬੀਰ ਨੂੰ ਸਾਫ ਸਫਾਈ ਦਾ ਤੇ ਹਰ ਚੀਜ਼ ਨੂੰ ਕਰੀਨੇ ਨਾਲ ਸਜਾ ਕੇ ਰੱਖਣ ਦਾ ਬੜਾ ਸ਼ੌਕ ਸੀ। ਬਲਬੀਰ ਦੀਆਂ ਦੋਵੇਂ ਨਨਾਨਾ ਜਿਨ੍ਹਾਂ 'ਚ 2 ਕੁ ਸਾਲ ਦਾ ਹੀ ਫਰਕ ਸੀ ਸਕੂਲ 'ਚ ਪੜ੍ਹਦੀਆਂ ਸਨ। ਵੱਡੀ 10ਵੀਂ 'ਚ ਤੇ ਛੋਟੀ 8ਵੀਂ 'ਚ ਤੇ ਦੋਵੇਂ ਆਪਣੀ ਭਾਬੀ ਨੂੰ ਬਹੁਤ ਪਿਆਰ ਕਰਦੀਆਂ ਸਨ। ਭਾਬੀ ਵੀ ਉਹਨਾਂ ਨਾਲੇ ਉਹਨਾਂ ਕੋਲ ਮਿਲ ਗਈ ਸੀ ਜਿਵੇਂ ਉਹ ਵੀ ਉਹਨਾਂ ਦੀ ਹਾਨਦੀ ਹੋਵੇ। ਦੋਵਾਂ ਨੂੰ ਉਹ ਸਵੇਰੇ ਸਕੂਲ ਜਾਣ ਲਈ ਤਿਆਰ ਹੋਣ 'ਚ ਮਦਦ ਕਰਦੀ। ਉਹਨਾਂ ਦੀਆਂ ਦੋ ਦੋ ਗੁੱਤਾਂ ਕਰਦੀ ਉਹਨਾਂ ਦੇ ਟਿਫਨ ਤਿਆਰ ਕਰਨ 'ਚ ਆਪਣੀ ਸਸਤੀ ਮਦਦ ਕਰਦੀ। ਟੰਟਮ ਉਪਰੀ ਹਵੇਲੀ ਚਤੂਰੀ ਫਿਰਦੀ ਹਰ ਸ਼ਨੀਵਾਰ ਉਹਦਾ ਸੌਰਾ ਸਰਦਾਰ ਗੁਰਨਾਮ ਸਿੰਘ ਸ਼ਹਿਰੋਂ ਜਿੱਥੇ ਉਹ ਪੋਸਟਡ ਸੀ ਆ ਜਾਂਦਾ ਤੇ ਸ਼ਨੀਵਾਰ ਤੇ ਐਤਵਾਰ ਦੇ ਦਿਨ ਰਹਿ ਕੇ ਸੋਮਵਾਰ ਸਵਕਤੇ ਚਲਾ ਜਾਂਦਾ ਅਜੇ ਉਹਦੇ ਰਿਟਾਇਰ ਹੋਣ ਚ ਤੱਕਈ ਸਾਲ ਬਾਕੀ ਸਨ ਸਰਦਾਰ ਗੁਰਨਾਮ ਸਿੰਘ ਆਉਂਦਾ ਤਾਂ ਕਿ ਵਿੜੇ ਚ ਆਰਾਮ ਕੁਰਸੀ ਢਾ ਕੇ ਬੈਠਣਾ ਪਸੰਦ ਕਰਦਾ ਆਰਾਮ ਕੁਰਸੀ ਅੱਗੇ ਮੇਜ਼ ਜਿੱਤੇ ਚਟਾਕ ਰੋਸ਼ੀ ਨਾਲ ਬਣਿਆ ਮੇਜ਼ਪੋਸ਼ ਵਿਚਾਇਆ ਜਾਂਦਾ ਉੱਪਰ ਕੱਚ ਦਾ ਪਾਣੀ ਨਾਲ ਭਰਿਆ ਜੱਗ ਤੇ ਖਾਲੀ ਕੱਚ ਦਾ ਗਲਾਸ ਰੱਖਿਆ ਜਾਂਦਾ। ਚਿੱਟਾ ਦੁੱਧ ਵਰਗਾ ਕੁੜਤਾ ਪਜਾਮਾ ਪਾ ਕੇ ਸਰਦਾਰ ਗੁਰਨਾਮ ਸਿੰਘ ਜਦੋਂ ਉੱਚੀ ਹਵੇਲੀ ਦੇ ਵੇੜੇ 'ਚ ਬੈਠਦਾ ਇਦਾਂ ਲੱਗਦਾ ਜਿਵੇਂ ਵੇੜੇ 'ਚ ਚੰਨ ਚੜਾਇਆ ਹੋਵੇ। ਫੇਰ ਸਰਦਾਰ ਗੁਰਨਾਮ ਸਿੰਘ ਅੰਦਰੋਂ ਆਪਣੇ ਕਮਰੇ ਦੀ ਅਲਮਾਰੀ 'ਚੋਂ ਵਿਸਕੀ ਦੀ ਬੋਤਲ ਲਿਆਉਂਦਾ ਤੇ ਲਿਆ ਕੇ ਬਾਹਰ ਚਿੱਟੇ ਕੁਰਸੀ ਵਾਲੇ ਮੇਜ਼ਪੋਸ਼ ਵਾਲੇ ਮੇਜ਼ 'ਤੇ ਰੱਖ ਦਿੰਦਾ। ਹਰਬੰਸ ਖੌਰਸ ਰਸੋਈ 'ਚੋਂ ਕੱਚ ਦੀ ਕੌਲੀ 'ਚ ਗੁੜ ਤੇ ਟੁਕੜੀ ਰੱਖ ਕੇ ਲੈ ਆਉਂਦੀ ਸਰਦਾਰ ਵਿਸਕੀ ਨਾਲ ਸਿਰਫ ਥੋੜਾ ਥੋੜਾ ਗੁੜੀ ਖਾਣਾ ਪਸੰਦ ਕਰਦਾ ਸੀ ਗੁੜ ਵਾਲੀ ਕੱਚ ਦੀ ਕੌਲੀ ਮੇਜ਼ ਤੇ ਰੱਖ ਕੇ ਹਰਬੰਸ ਘੌਰ ਕੋਲ ਡੱਠੇ ਨਵਾਰੀ ਮੰਜੇ ਤੇ ਬੈਠ ਜਾਂਦੀ ਸੁਵਾਰ ਕੇ ਤੇ ਹਰਬੰਸ ਘੌਰ ਸਰਦਾਰ ਗੁਰਨਾਮ ਸਿੰਘ ਦੀ ਇਉਂ ਅਛਣੇ ਪਛਣੇ ਕਰਦੀ ਸੀ ਜਿਵੇਂ ਨਵਿਆਈ ਵੋਟੀ ਹੋਵੇ ਚੌਂਕੇ 'ਚ ਬੈਠੀ ਕੰਮਕਾਰ ਕਰਦੀ ਬਲਬੀਰ ਦੇ ਕੰਨ ਆਪਣੇ ਸੱਸੋਰੇ ਵਾਲੀ ਲੱਗੇ ਰਹਿੰਦੇ ਬਣਾ ਦਿਓ ਫਿਰ ਇੱਕ ਸੋਨਾ ਜਿਹਾ ਪੈਗ ਮੇਰੀ ਸਰਕਾਰ ਸਰਦਾਰ ਗੁਰਨਾਮ ਸਿੰਘ ਬਹੁਤ ਹੀ ਪਿਆਰ ਨਾਲ ਲੱਗਦਾ ਤੇ ਹਰਬੰਸ ਕੌਰ ਮੁਸਕਰਾ ਕੇ ਮਿੰਨਾ ਜੇ ਹੱਸ ਕੇ ਵਿਸਕੀ ਦੀ ਬੋਤਲ ਦਾ ਢੱਕਣ ਖੋਲਦੀ ਕੱਚ ਦੇ ਗਲਾਸ 'ਚ ਵਿਸਕੀ ਉਡੇਲਦੀ ਤੇ ਕੱਚ ਦੇ ਜੱਗ 'ਚੋਂ ਮਿਣਵਾ ਪਾਣੀ ਪਾ ਕੇ ਪੈਗ ਬਣਾ ਦਿੰਦੀ ਬਲਬੀਰ ਕੌਰ ਚੋ ਰੱਖ ਨਾਲ ਵੇਖਦੀ ਕਿ ਸ਼ਾਮ ਦੇ ਕੁਸਮੇਟ ਜਦੋਂ ਸਰਦਾਰ ਆਪਣੀ ਬੋਟੀ ਦੇ ਹੱਥੋਂ ਪੈਗ ਫੜਦਾ ਤਾਂ ਦੂਜੇ ਹੱਥ ਨਾਲ ਉਹਦੀ ਵੀਣੀ ਵੀ ਫੜ ਲੈਂਦਾ ਕੀ ਕਰਦੇ ਹੋ ਜੀ ਛੱਡੋ ਹਰਵੰਸਕੌਰ ਵੀ ਨਹੀਂ ਛੁਡਾ ਕੇ ਝੂਠੀ-ਮੁੱਠੀ ਦੀ ਘੋਰੀ ਜੀ ਵੱਟਦੀ ਤੇ ਫਿਰ ਖਿੜ-ਖਿੜ ਹੱਸ ਪੈਂਦੀ। ਬਲਬੀਰ ਵੇਖਦੀ ਸੀ ਕਿ ਉਹਦੀ ਸੱਸ ਤਿਆਰ ਵੀ ਕਿੰਨਾ ਸੋਹਣਾ ਹੁੰਦੀ ਸੀ। ਖਾਸ ਕਰ ਸ਼ਨੀਵਾਰ ਨੂੰ ਉਹ ਦੁਪਹਿਰ ਤੋਂ ਹੀ ਤਿਆਰ ਹੋਣਾ ਸ਼ੁਰੂ ਕਰ ਦਿੰਦੀ ਸੀ। ਵੇੜੇ 'ਚ ਲੱਗੇ ਨਲਕੇ ਗੁਲਪੀੜੇ ਢਾਕੇ ਪਹਿਲਾਂ ਾਡੀਆਂ ਖੂਚਦੀ। ਫਿਰ ਹੱਥਾਂ ਤੇ ਪੈਰਾਂ ਦੇ ਨੋਹਾਂ ਤੇ ਨਵੀਂ ਨੇਲ ਪਾਲਿਸ਼ ਲਾਉਂਦੀ। ਫਿਰ ਪੁਰਾਣੀ ਨੇਲ ਪਾਲਿਸ਼ ਅਜੇ ਭਾਵੇਂ ਚੰਗੀ ਭਲੀ ਹੋਵੇ ਫਿਰ ਵੀ ਹਰਵੰਸਕੌਰ ਪੁਰਾਣੀ ਨੇਲ ਪਾਲਿਸ਼ ਲਾ ਕੇ ਨਵੀਂ ਲਾਉਂਦੀ। ਪਰ ਸੋਨਾ ਜਿਹਾ ਸੂਟ ਪਾ ਕੇ ਪੱਟੀਆਂ ਵਾਲਾ ਸੇਰਵਾ ਕੇ ਚੀਰ ਚ ਸੰਧੂਰ ਪਾ ਰਲਦੀ ਤੇ ਅੱਖਾਂ ਚ ਲੱਪ ਲੱਪ surma ਬਲਬੀਰ ਬੜੀ ਹੈਰਾਨ ਹੁੰਦੀ ਸੀ ਕਿ ਸਰਦਾਰਨੀ ਹੋ ਕੇ ਸਿਰ ਦੇ ਚੀਰ ਚ ਸੰਧੂਰ ਇੱਕ ਦਿਨ ਤਾਂ ਉਹਨੇ ਪੁੱਛ ਹੀ ਲਿਆ ਮੰਮੀ ਜੀ ਤੁਸੀਂ ਭਈਆਂੀਆਂ ਵਾਂਗੂ ਸੰਧੂਰ ਕਿਉਂ ਲਾਉਂਦੇ ਹੋ ਕਾਕਾ ਜੀ ਦੇ ਡੈਡੀ ਪਸੰਦ ਕਰਦੇ ਨੇ ਤੇ ਨਾਲ ਹੀ ਉਹ ਨਵੀਂ ਨਵੀਂ ਆਈ ਬੋਟੀ ਵਾਂਗ ਸ਼ਰਮਾ ਜਾਂਦੀ ਪਰ ਤੁਸੀਂ ਪੁਰਾਣੇ ਜ਼ਮਾਨੇ ਵਾਂਗੂ ਦੰਦਾਸਾ ਕਾ ਨੂੰ ਮਲਦੇ ਹੋ ਲਿਪਸਟਿਕ ਲਗਾਇਆ ਕਰੋ ਨਹੀਂ ਹੈ ਤਾਂ ਮੇਰੇ ਕੋਲੋਂ ਲੈ ਲਓ ਨਹੀਂ ਨਹੀਂ ਲਿਪਸਟਿਕ ਕਾਕਾ ਜੀ ਦੇ ਡੈਡੀ ਪਸੰਦ ਹੀ ਨਹੀਂ ਕਰਦੇ ਦੰਦਾਸਾ ਤਾਂ ਮੈਨੂੰ ਉਹਨਾਂ ਨੇ ਹੀ ਲਿਆ ਕੇ ਦਿੱਤਾ ਹੋਇਆ ਤੇ ਹਰਬੰਸ ਕੌਰ ਖਿੜਖਿੜ ਹੱਸ ਪਈ ਜਿਵੇਂ ਮੱਕੀ ਦੇ ਦਾਣੇ ਜਦੋਂ ਗਰਮ ਪੱਠੀ 'ਚ ਪਾਉ ਤਾਂ ਖਿੜਖਿੜ ਜਾਂਦੇ ਨੇ ਇਕਦਮ ਸਾਫ਼ ਤੇ ਸਫਾਫ਼ ਕਾਕਾ ਜੀ ਦੇ ਡੈਡੀ ਤਾਂ ਮੇਰਾ ਬਹੁਤ ਖਿਆਲ ਕਰਦੇ ਨੇ ਵਸਾ ਨਹੀਂ ਖਾਂਦੇ ਮੇਰਾ ਤੇ ਹਰਬੰਸ ਕੌਰ ਫੇਰ ਹੱਸ ਪਈ ਖਿੜਖਿੜ ਹਾਂ ਬਲਬੀਰ ਵੀ ਨੋਟਿਸ ਕਰਦੀ ਸੀ ਕਿ ਜਦ ਸਰਦਾਰ ਗੁਰਨਾਮ ਸਿੰਘ ਹਵੇਲੀ ਦਾ ਵੱਡਾ ਬੂਆ ਲੰਘ ਕੇ ਘਰ ਚ ਦਾਖਲ ਹੁੰਦਾ ਤਾਂ ਸਭ ਤੋਂ ਪਹਿਲਾਂ ਚੌਂਕੇ ਵੱਲ ਵੇਖਦਾ ਸੀ ਕਿ ਹਰਬੰਸ ਘਰ ਉੱਥੇ ਹੋਏਗੀ ਜੇ ਉੱਥੇ ਨਾ ਦੇਸੀ ਤਾਂ ਇੱਧਰ ਉੱਧਰ ਉਹਨੂੰ ਲੱਭਦਾ ਸੀ ਆਖਰ ਪੁੱਛ ਹੀ ਲੈਂਦਾ ਤੁਹਾਡੀ ਮੰਮੀ ਜੀ ਕਿੱਥੇ ਹੈ ਬਈ ਜੇ ਆਖਣਾ ਉਹ ਨਿਆਈ ਵੱਲ ਗਈ ਹੈ ਤਾਂ ਸਿੱਧੇ ਨਿਆਈ ਵਾਲੀ ਚਲੇ ਜਾਣਾ ਇਹ ਨਹੀਂ ਵੀ ਪਹਿਲਾਂ ਆਪਣੇ ਕਮਰੇ 'ਚ ਚਲਾ ਜਾਵੇ ਜਾਂ ਵਿਹੜੇ 'ਚ ਡਾਈ ਆਪਣੀ ਆਰਾਮ ਕੁਰਸੀ ਤੇ ਬੈਠ ਕੇ ਉਹਦੀ ਉਡੀਕ ਕਰ ਲੈ ਨਹੀਂ ਉਹ ਜਿੱਥੇ ਹੋਏ ਕੀ ਉਹਦੇ ਮਗਰੀ ਜਾਏਗਾ ਜਾ ਇਹੋ ਘਰ ਦੀ ਛੱਤ ਤੇ ਹੋਵੇ ਜਾਂ ਮੱਝਾਂ ਵਾਲੇ ਕਮਰੇ ਚ ਖੁਰਲੀਆਂ ਚ ਹੱਥ ਮਾਰਦੀ ਕਿਉਂ ਨਾ ਹੋਵੇ ਕਦੀ ਕਦੀ ਬਲਬੀਰ ਦਾ ਦਿਲ ਹੋਰੋਂ ਜਿਆ ਹੋ ਜਾਂਦਾ ਸੋਚਦੀ ਕਾਕਾ ਜੀ ਇਹ ਓ ਕਿਉਂ ਨਹੀਂ ਕਰਦਾ ਉਹ ਕਿਉਂ ਨਹੀਂ ਜਦੋਂ ਬਾਹਰੋਂ ਆਉਂਦਾ ਉਹਨੂੰ ਲੱਭਦਾ ਉਹ ਕਿਉਂ ਸਿੱਧਾ ਚੁਬਾਰੇ ਦੀਆਂ ਪੌੜੀਆਂ ਚੜ ਜਾਂਦਾ ਸਿੱਧਾ ਆਪਣੇ ਕਮਰੇ ਚ ਉਹ ਮਗਰ ਮਗਰ ਪਾਣੀ ਦਾ ਗਲਾਸ ਲੈ ਕੇ ਚੁਬਾਰੇ ਚ ਦਾਖਲ ਹੁੰਦੀ ਹੈ ਤਾਂ ਨਜ਼ਰ ਭਰ ਕੇ ਕਿਉਂ ਨਹੀਂ ਉਸ ਵੱਲ ਵੇਖਦਾ ਜਿਵੇਂ ਉਹਦਾ ਸਹਰਾ ਉਹਦੀ ਸੱਸ ਵੱਲ ਵੇਖਦਾ ਹੈ ਭਰਪੂਰ ਤੱਕਣੀ ਨਾਲ ਹੋਰ ਫਿਰ ਸਰਕਾਰਾਂ ਚੰਗਾ ਚੰਗਾ ਰਹੀਆਂ ਹੋਰ ਫਿਰ ਸਰਕਾਰਾਂ ਚੰਗਾ ਚੰਗਾ ਰਹੀਆਂ ਉਹਦਾ ਸੋਰਾ ਹਮੇਸ਼ਾ ਉਹਦੀ ਸੱਸ ਨੂੰ ਪੁੱਛਦਾ ਜਾਣ ਲੱਗਿਆ ਵੀ ਕਹਿੰਦਾ ਚੰਗਾ ਸਰਕਾਰ ਚੰਗੇ ਚੰਗੇ ਰਹਿਣਾ ਆਪਣਾ ਖਿਆਲ ਰੱਖਣਾ ਆਰਾਮ ਕਰਨਾ ਖੇਚਲ ਨਾ ਕਰਨਾ ਵਗੈਰਾ ਵਗੈਰਾ ਫਿਰ ਹਮੇਸ਼ਾ ਪੁੱਛਦਾ ਸੀ ਕੁਝ ਮੰਗਵਾਣਾ ਹੈ ਸ਼ਹਿਰੋਂ ਦੱਸੋ ਫਿਰ ਜੇ ਕੋਈ ਦਵਾਈ ਖਾਂਦੀ ਹੋਵੇ ਹਰਬੰਸ कौर ਤਾਂ ਵੀ ਆ ਕੇ ਪੁੱਛਦੇ ਤੁਸੀਂ ਦਵਾਈ ਖਾ ਲਈ ਸੀ ਟਾਈਮ ਸਿਰ ਹੁਣ ਤਾਂ ਨਹੀਂ ਪਿੱਠ 'ਚ ਦਰਦ ਹੋਨ ਕਿਦਾਂ ਹੋਨ ਕਿਦਾਂ ਵਾਇਗਰੂ ਵਾਇਗਰੂ ਇੰਨਾ ਖਿਆਲ ਇਹ ਤਾਂ ਭਾਈ ਇਸ਼ਕ ਕਰਦਾ ਆਪਣੀ ਧੀ ਨੂੰ ਬਲਬੀਰ ਸੋਚਦੀ ਪਰ ਕਾਕਾ ਜੀ ਉਹ ਕਿਉਂ ਲੱਲੂ ਜਿਹਾ ਚੁੱਪ ਗੁੜਪ ਜਿਹਾ ਉਹ ਕਿਹੜੀ ਸੁਰੰਗ ਚ ਭਲਿਆ ਉਹ ਵੀ ਤਾਂ ਏਸੀ ਪੀਓ ਦਾ ਪੁੱਤ ਹੈ ਪਤਾ ਨਹੀਂ ਜ਼ਿਆਦਾ ਲਾਡ ਪਿਆਰ ਨੇ ਖਰੇ ਨੂੰ ਲੋਲਾ ਜਿਹਾ ਬਣਾ ਦਿੱਤਾ ਹੈ ਪਤਾ ਨਹੀਂ ਉਹਨੂੰ ਤਾਂ ਕੋਈ ਗੱਲ ਉੜਦੀ ਨਹੀਂ ਤੇ ਇੱਕੋ ਦੀ ਸੱਸ ਹੈ ਜਿਹਦੇ ਹਾਸੇ ਦੀਆਂ ਆਵਾਜ਼ਾਂ ਇਹ ਤਾਂ ਵਿਹੜੇ ਤੋਂ ਉੱਪਰ ਚੁਬਾਰੇ ਦੇ ਕਮਰੇ ਤੱਕ ਆ ਪਹੁੰਚਦੀਆਂ ਨੇ ਪਤਾ ਨਹੀਂ ਇਸ ਜੋੜੀ ਦੀਆਂ ਗੱਲਾਂ ਤਿੰਨੋਂ ਲਾਦਾਂ ਤੋਂ ਬਾਅਦ ਵੀ ਕਿਉਂ ਨਹੀਂ ਮੁੱਕਦੀਆਂ ਮੈਂ ਤਾਂ ਕਈ ਵੇਰ ਬੜਾ ਬੋਰ ਹੋ ਜਾਂਦੀ ਆ ਪੂਰਾ ਦਿਨ ਕੰਮ ਵੀ ਕੋਈ ਬਹੁਤਾ ਨਹੀਂ ਹੁੰਦਾ ਕਰਨ ਲਈ ਭਾਂਡੇ ਸਾਫ ਸਫਾਈਆਂ ਝੋਰੀ ਕਰ ਜਾਂਦੀ ਐ ਪਸ਼ੂਆਂ ਦਾ ਕੰਮ ਨੌਕਰ ਕਰ ਲੈਂਦੇ ਐ ਬਲਬੀਰ ਨੇ ਇੱਕ ਦਿਨ ਕਾਕਾ ਜੀ ਨੂੰ ਕਿਹਾ ਤੁਸੀਂ ਅੱਗੇ ਪੜ੍ਹਾਈ ਕਰੋ ਆਪਣੀ ਬੀਏ ਪੂਰੀ ਕਰ ਲਓ ਕਾਕਾ ਜੀ ਨੇ ਅੱਗੇ ਜਵਾਬ ਦਿੱਤਾ ਇੱਕ ਠੰਡਾ ਜਵਾਬ ਆਪਣੀ ਤੱਕਣੀ ਤੇ ਆਪਣੀ ਜੱਫੀ ਵਰਗਾ ਠੰਡਾ ਜਵਾਬ ਬਲਬੀਰ ਬੜੀ ਉਦਾਸ ਜੀ ਹੋ ਗਈ ਪਤਾ ਨਹੀਂ ਕਿਉਂ ਉਹਦਾ ਦਿਲ ਕੀਤਾ ਉਹ ਆਪਣਾ ਸਾਰਾ ਹਾਰ ਸ਼ਿੰਗਾਰ ਲਾ ਦੇਵੇ ਉਹ ਸਿੰਧੂਰ ਵੀ ਪਹੁੰਚ ਕੇ ਲਾ ਸੁੱਟੇ ਜੋ ਨੇ ਪੱਟੀਆਂ ਵਾਲਾ ਸੇਰਵਾ ਕੇ ਆਪਣੇ ਸਿਰ ਦੇ ਛੀਰਚ ਪਾ ਲਿਆ ਸੀ ਤੇ ਜਿਸ ਵਲ ਕਾਕਾ ਜੀ ਨੇ ਧਿਆਨ ਹੀ ਨਹੀਂ ਦਿੱਤਾ ਸੀ ਪਤਾ ਨਹੀਂ ਕਿਉਂ ਅਚਾਨਕ ਹੁਣ ਬਲਬੀਰ ਨੂੰ ਆਪਣੀ ਸੱਸ ਦੀਆਂ ਗੱਲਾਂ ਤੇ ਵੀ ਰੋਣ ਚੜਨ ਲੱਗਾ ਕਾਕਾ ਜੀ ਦੇ ਡੈਡੀ ਤਾਂ ਮੈਨੂੰ ਫਿੱਕੇ ਰੰਗ ਪਾਉਣੀ ਨਹੀਂ ਦਿੰਦੇ ਕਾਕਾ ਜੀ ਦੇ ਡੈਡੀ ਦਾ ਮੇਰਾ ਬੜਾ ਫਿਕਰ ਕਰਦੇ ਨੇ ਮੈਂ ਨੂੰ ਕਦੇ ਪੇਕੇ ਵੀ ਨਹੀਂ ਬਹੁਤਾ ਛੱਡਦੇ ਜਦੋਂ ਵੀ ਜਾਵਾਂ ਮਗਰਿਆ ਜਾਂਦੇ ਨੇ ਲੈਣ ਮੇਰੀਆਂ ਤਾਂ ਸਹੇਲੀਆਂ ਵੀ ਛੇੜਦੀਆਂ ਨਹੀਂ ਉੱਥੇ ਮੈਨੂੰ ਭਾਬੀਆਂ ਵੀ ਬਥੇਰਾ ਮੁਖਾਲ ਕਰਦੀਆਂ ਨੇ ਮੈਨੂੰ ਤਾਂ ਸਭ ਕੁ ਸੰਗ ਹੀ ਆ ਜਾਂਦੀ ਹੈ ਮੈਂ ਤਾਂ ਸਦਾ ਨਾਲ-ਨਾਲ ਹੀ ਰਹੀਆਂ ਕਾਕਾਈ ਦੇ ਡੈਡੀ ਦੇ ਜਿੱਥੇ ਵੀ ਉਹਨਾਂ ਦੀ ਪੋਸਟਿੰਗ ਹੁੰਦੀ ਸੀ ਨਾਲ ਹੀ ਜਾਣਾ ਫਿਰ ਬੱਚੇ ਹੁੰਦੇਗੇ ਤਾਂ ਵੀ ਅਸੀਂ ਨਾਲ-ਨਾਲ ਹੀ ਉਹਨਾਂ ਦੀ ਇੱਕ ਸ਼ਹਿਰ ਜਾਂ ਇੱਕ ਕਸਬੇ ਦੇ ਆਸ-ਪਾਸ ਦੀ ਮੁਰੱਬਾ ਬੰਦੀ ਹੋ ਜਾਣੀ ਤੇ ਨਾਲ ਹੀ ਅਗਲੀ ਥਾਂ ਦੀ ਬਦਲੀ ਹੋ ਜਾਣੀ ਤੇ ਅਸੀਂ ਵੀ ਟਿੰਡ ਫੜੀ ਚੁੱਕੇ ਉਹਨਾਂ ਦੇ ਨਾਲ ਹੀ ਅੱਗੇ ਤੁਰ ਪੈਣਾ ਮੇਰੀ ਸੱਸ ਨੇ ਬਥੇਰਾ ਖਿਜਣਾ ਵੀ ਨੂੰ ਨੂੰ ਪਿੰਡ ਛੱਡ ਕੇ ਜਾ ਮੇਰਾ ਪੋਤਾ ਮੇਰੀਆਂ ਪੋਤੀਆਂ ਮੇਰੀਆਂ ਅੱਖਾਂ ਮੁਰੇ ਰਹਿਣ ਪਰ ਨਹੀਂ ਕਾਕਾ ਹੀ ਤੇ ਡੈਡੀ ਭਲਾਂ ਸਾਡੇ ਬਿਨਾ ਕਿਵੇਂ ਰਹਿਣ ਬਸ ਬੱਚਿਆਂ ਦੀਆਂ ਸਕੂਲ ਦੀਆਂ ਛੁੱਟੀਆਂ ਵਿੱਚ ਹੀ ਅਸੀਂ ਪਿੰਡ ਆਉਂਦੇ ਹੁੰਦੇ ਸੀ ਥੋੜੇ ਇੱਕ ਦਿਨਾਂ ਲਈ ਉਹ ਤਾਂ ਹੁਣ ਕਿਤੇ 4-5 ਸਾਲਾਂ ਤੋਂ ਅਸੀਂ ਪਿੰਡ ਰਹਿਣ ਲੱਗੇ ਆ ਜਦ ਮੇਰਾ ਸੱਸ ਸੌਰਤ ਦੋਵੇਂ ਤੁਰ ਗਏ ਅੱਗੇ ਪਿੱਛੇ ਫਿਰ ਤਾਂ ਆਉਣਾ ਹੀ ਪੈਣਾ ਸੀ ਨਾ ਹੋਰ ਕੋਈ ਭਰਾ ਵੀ ਤਾਂ ਨਹੀਂ ਇਹਨਾਂ ਦਾ ਹੁਣ ਵੀ ਵੇਖ ਲੈ ਹਰ ਸ਼ਨੀਵਾਰ ਆ ਜਾਂਦੇ ਨੇ ਐਡੀ ਦੂਰ ਤੋਂ ਦੇ ਸ਼ਹਿਰੋਂ ਹਰਬੰਸ ਕੋਰ ਮਾਨ ਨਾਲ ਦਸਦੀ ਤੇ ਹੱਸਦੀ ਪਰ ਤੁਹਾਡੇ ਕਾਕਾ ਜੀ ਇਦਾਂ ਦੇ ਕਿਉਂ ਨਹੀਂ ਉਹ ਤਾਂ ਕਦੀ ਛੁੱਟੀ ਵਾਲੇ ਦਿਨ ਵੀ ਚੱਜ ਨਾਲ ਹਾਲ ਨਹੀਂ ਪੁੱਛਦੇ ਬਸ ਜਾਂਦਾ ਕਿਤਾਬਾਂ 'ਚ ਗਵਾਚੇ ਰਹਿੰਦੇ ਨੇ ਜਾਂ ਟੀਵੀ ਤੇ ਖਬਰਾਂ ਵੇਖਦੇ ਰਹਿੰਦੇ ਨੇ ਬਲਬੀਰ ਤੋਂ ਹਾਰ ਕੇ ਇੱਕ ਦਿਨ ਕਹਿ ਹੀ ਹੋ ਗਿਆ ਉਹ ਤਾਂ ਨਿੱਕਾ ਹੁੰਦਾ ਹੀ ਇਹੋ ਜਿਹਾ ਬਸ ਬਹੁਤ ਹੀ ਘੱਟ ਬੋਲਦਾ ਤੂੰ ਲਾਲੀ ਹੁਣ ਉਹਨੂੰ ਬੋਲਣ ਹਰਬੰਸ ਕੋਰ ਖੇੜ ਖੜਾ ਕੇ ਹੱਸ ਪਈ ਪਰ ਬਲਬੀਰ ਨੂੰ ਉਹਦਾ ਇਹ ਹਾਸਾ ਬਹੁਤ ਹੀ ਬੇਫੁੱਦਾ ਲੱਗਿਆ ਬਿਨਾ ਮਤਲਬ ਦਾ ਹਾਸਾ ਕੀ ਫਾਇਦਾ ਇੰਨੇ ਰੋਮਾਂਸ ਦਾ ਜਦ ਇੱਕ ਰੋਮਾਂਟਿਕ ਮੁੰਡਾ ਨਾ ਜੰਮ ਸਕੇ ਬਲਬੀਰ ਨੂੰ ਇਹ ਖਿਆਲ ਤਾਂ ਆਇਆ ਪਰ ਅਗਲੇ ਹੀ ਪਲ ਉਹਨੂੰ ਆਪਣੇ ਇਸ ਖਿਆਲ ਤੇ ਸ਼ਰਮ ਜੀ ਵੀ ਆ ਗਈ ਤੂੰ ਲਾ ਲਈ ਹੁਣ ਉਹਨੂੰ ਬੋਲ ਬਲਬੀਰ ਨੂੰ ਆਪਣੀ ਸੱਸ ਦੀ ਕਈ ਗੱਲ ਯਾਦ ਆ ਗਈ ਤਾਂ ਉਹ ਕਾਕਾ ਜੀ ਦੇ ਅੱਗੇ ਪਿੱਛੇ ਘੁੰਮਣ ਲੱਗਦੀ ਮੈਂ ਕਿਹਾ ਜੀ ਚਲੋ ਅੱਜ ਸ਼ਹਿਰ ਘੁੰਮ ਫਿਰ ਕੇ ਆਉਨੇ ਆ ਕੋਈ ਸੋਹਣੀ ਜੀ ਫਿਲਮ ਵੀ ਵੇਖ ਲਾਂਗੇ ਉਹ ਕਾਕਾ ਜੀ ਦੇ ਮੋਰੀ ਚੜ ਚੜਾ ਰਖਦੀ ਲੈ ਸ਼ਹਿਰ ਚ ਕੀ ਆ ਧੁੱਪ ਵੇਖ ਬਾਹਰ ਕਿੰਨੀ ਆ ਇੱਕ ਤਾਂ ਦਿਨ ਮਿਲਦਾ ਹੈ ਐਤਵਾਰ ਦਾ ਉਹ ਵੀ ਘੂਮ ਕੇ ਗਵਾ ਦਿਓ ਤੇ ਕਾਕਾ ਜੀ ਆ ਕੇ ਬੈੱਡ ਤੇ ਟੇਡਾ ਜਿਹਾ ਹੋ ਜਾਂਦਾ ਤੇ ਕਦੀ ਜੇ ਜਾਣ ਲਈ ਕਿਤੇ ਮੰਨ ਵੀ ਹੀ ਜਾਏ ਤਾਂ ਬਲਬੀਰ ਚੰਬਲ ਚੰਬਲ ਕੇ ਪੁੱਛੀ ਦੋਸੋ ਕਿਹੜਾ ਸੂਟ ਪਾਵਾਂ ਜਿਹੜਾ ਮਰਜ਼ੀ ਪਾ ਲਾ ਬਲਬੀਰ ਕਈ ਵਾਰ ਵੇਖਦੀ ਜਦੋਂ ਉਹਦੀ ਸੱਸੂ ਦੇ ਸਾਰੇ ਨਾਲ ਕਿਤੇ ਜਾਂਦੀ ਤਾਂ ਉਹਦਾ ਸਹੁਰਾ ਕਈ ਵਾਰ ਉਹਦਾ ਪਾਇਆ ਸੂਟ ਨਾ ਪਸੰਦ ਕਰਦਾ ਉਹਨੂੰ ਬਦਲਣ ਲਈ ਕਹਿੰਦਾ ਸਿਰ ਤੋਂ ਪੈਰਾਂ ਤੱਕ ਜਿਵੇਂ ਉਹਦਾ ਮੁਆਇਨਾ ਕਰ ਰਿਹਾ ਹੁੰਦਾ ਮੋੜ ਮੋੜ ਇਹ ਗੁਰਗੱਪੀ ਨਾ ਪਾਇਆ ਕਰੋ ਇਹ ਸੂਟ ਨਾਲ ਤਾਂ ਮੈਰੂਨ ਰੰਗ ਦੀ ਸਜੂਗੀ ਉਹ ਬਾ ਕਿਉ ਉਹ ਆਖਦਾ ਤੇ ਉਹਦੀ ਸੱਸ ਹੱਸਦੀ ਹੱਸਦੀ ਅੰਦਰ ਜਾਂਦੀ ਗੁਰਗੱਭੀ ਬਦਲ ਕੇ ਆਉਂਦੀ ਤੇ ਇਹ ਕਾਕਾ ਜੀ ਇਹ ਕਿਸ ਮਿੱਟੀ ਦਾ ਬਣਿਆ ਹੋਇਆ ਪਿੰਡ ਦੇ ਨਾਲ ਦੇ ਸ਼ਹਿਰ ਚ 4 ਸਾਲ ਪੜਿਆ ਏ ਬੀਏ ਤੱਕ ਇਹਨੂੰ ਕੋਈ ਸ਼ੌਂਰ ਕਿਉਂ ਨਹੀਂ ਕੋਈ ਸ਼ੌਕ ਵੀ ਨਹੀਂ ਤੁਸੀਂ ਵੀ ਕਸਰਤ ਕਰਿਆ ਕਰੋ ਵੇਖੋ ਡੈਡੀ ਜੀ ਦਾ ਸਰੀਰ ਕਿਵੇਂ ਇਕੱਠਿਆ ਪਿਆ ਮਲਬੀਰ ਆਖਦੀ ਉਹਨਾਂ ਨੂੰ ਤਾਂ ਬੜਾ ਸ਼ੌਕ ਹੈ ਕਸਰਤ ਕਰਨ ਦਾ ਕਾਕਾ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਬਲਬੀਰ ਕੁਝ ਕਹਿਣਾ ਚਾਹੁੰਦੀ ਸੀ ਪਰ ਕਹਿੰਦੀ ਕਹਿੰਦੀ ਰੁਕ ਗਈ ਉਹਨੂੰ ਕਦੇ ਵੀ ਤਾਂ ਕੀ ਕਵੇ ਸਾਰੀਆਂ ਗੱਲਾਂ ਕਿਤੇ ਕਹੀਆਂ ਜਾਂਦੀਆਂ ਨਹੀਂ ਭੁੱਖ ਲੱਗੀ ਤੇ ਫਟਾਫਟ ਰੋਟੀ ਖਾ ਕੇ ਡਕਾਰ ਮਾਰਨਾ ਹੀ ਸਭ ਕੁਝ ਨਹੀਂ ਹੁੰਦਾ ਭੁੱਖ ਨੂੰ ਮਹਿਸੂਸ ਕਰਨਾ ਫਿਰ ਰੋਟੀ ਤਿਆਰ ਕਰਨਾ ਉਹਨੂੰ ਖੂਬਸੂਰਤੀ ਨਾਲ ਥਾਲੀ 'ਚ ਪਰੋਸਣਾ ਸਜਾਉਣਾ ਤੇ ਪਹਿਲਾਂ ਉਹਨੂੰ ਸਰਾਉਣਾ ਉਹਦੀ ਖੁਸ਼ਬੂ ਨੂੰ ਮਾਨਣਾ ਤੇ ਫਿਰ ਉਹਨੂੰ ਪਿਆਰ ਨਾਲ ਖਾਣਾ ਬੇਹੱਦ ਪਿਆਰ ਨਾਲ ਤੇ ਫਿਰ ਖਾ ਕੇ ਵੀ ਰੋਟੀ ਦੇ ਸਵਾਦ ਨੂੰ ਮਹਿਸੂਸ ਕਰਨਾ ਸਲਾਉਣਾ ਇਹ ਹੁੰਦਾ ਢਿੱਡ ਭਰਨ ਦਾ ਸਹੀ ਤਰੀਕਾ ਬਲਬੀਰ ਦਾ ਦਿਲ ਕਰਦਾ ਸੀ ਉਹ ਕਾਕਾ ਜੀ ਨੂੰ ਆਖੇ ਆਪਣੇ ਪਿਓਰ ਨਾਲ ਉੱਠਿਆ ਬੈਠਿਆ ਕਰ ਸ਼ਨੀਵਾਰ ਸ਼ਾਮ ਨੂੰ ਉਸ ਨਾਲ ਬੈਠ ਕੇ ਪੈਗ ਲਾਇਆ ਕਰ ਤੇ ਵੇਖਿਆ ਕਰ ਕਿਵੇਂ ਉਹ ਆਪਣੀ ਤੀਵੀ ਵੱਲ ਵੇਖ-ਵੇਖ ਕੇ ਨਹੀਂ ਰੱਜਦਾ ਕਿਵੇਂ ਉਹਦੀ ਵੀਣੀ ਫੜ ਲੈਂਦਾ ਕਿਵੇਂ ਆਲੇ-ਦੁਆਲੇ ਤੁਰੇ ਫਿਰਦੇ ਨੌਕਰ ਦੀ ਵੀ ਪਰਵਾਹ ਨਹੀਂ ਕਰਦਾ ਕਿਵੇਂ ਅੰਦਰੋਂ ਕਮਰਿਆਂ 'ਚੋਂ ਆਉਂਦੀਆਂ ਉਹਦੀਆਂ ਜਵਾਨ ਹੋਰੀਆਂ ਧੀਆਂ ਦੀਆਂ ਆਵਾਜ਼ਾਂ ਨੂੰ ਵੀ ਅਣ ਸੁਣਿਆ ਕਰ ਦਿੰਦਾ ਸਾਹਮਣੇ ਚੌਂਕੇ 'ਚ ਕੰਮ ਕਰਦੀ ਨੂਹ ਦੀ ਵੀ ਪਰਵਾਹ ਨਹੀਂ ਕਰਦਾ ਇੰਜ ਲੱਗਦਾ ਹੁੰਦਾ ਹੈ ਵੀ ਸਾਹਮਣੇ ਉਹਦੀ ਤੀਵੀ ਬੈਠੀ ਰਹੇ ਔਰ ਨੂੰ ਕੁਛ ਨਹੀਂ ਚਾਹੀਦਾ ਡੈਡੀ ਜੀ ਰੋਟੀ ਲਿਆਵਾਂ ਬਲਬੀਰ ਕਈ ਵਾਰ ਜਾਣਬੁੱਝ ਕੇ ਜਾ ਕੇ ਸਰਦਾਰ ਗੁਰਨਾਮ ਸਿੰਘ ਦੀ ਲਿਵ ਤੋੜ ਦਿੰਦੀ ਹਾਂ ਹਾਂ ਲਿਆ ਦੇ ਪੁੱਤ ਨਾਲੇ ਆਪਣੀ ਮੰਮੀ ਜੀ ਲਈ ਵੀ ਲਿਆ ਬਲਬੀਰ ਦੋ ਥਾਲੀਆਂ ਪਰੋਸ ਕੇ ਲਾ ਜਾ ਕੇ ਮੇਜ਼ ਤੇ ਧਰ ਦਿੰਦੀ ਤੇ ਆ ਕੇ ਮੁਰ ਚੌਂਕੇ ਚ ਬੈਠ ਜਾਂਦੀ ਦੋਵੇਂ ਬੜੇ ਮੋਹ ਨਾਲ ਰੋਟੀ ਖਾਣ ਲੱਗਦੇ ਕਈ ਵਾਰ ਉਹ ਨੋਟਿਸ ਕਰਦੀ ਦੋਵੇਂ ਇੱਕੋ ਹੀ ਥਾਲੀ ਚ ਖਾ ਰਹੇ ਹੁੰਦੇ ਆਰਾਮ ਨਾਲ ਪਿਆਰ ਨਾਲ ਚੈਨ ਨਾਲ ਜਿਵੇਂ ਭਗਤੀ ਕਰ ਰਹੇ ਹੋਣ ਜਿਵੇਂ ਇੱਕ ਨੂਰ ਚ ਵੱਜ ਗਏ ਹੋਣ ਬਲਬੀਰ ਅੱਖਾਂ ਫੜ-ਫੜ ਵੇਖਣ ਦੀ ਕੋਸ਼ਿਸ਼ ਕਰਦੀ ਪਰ ਵੇੜੇ ਦੀ ਫਿੱਕੀ ਪੀਲੀ ਰੋਸ਼ਨੀ 'ਚ ਸਭ ਕੁਝ ਦਿਸਣਾ ਬੰਦ ਹੋ ਜਾਂਦਾ ਮਈ ਮਹੀਨੇ ਦੀ ਸਖਰ ਦੁਪਹਿਰ ਐਤਵਾਰ ਦੀ ਛੁੱਟੀ ਜਦ ਸਰਦਾਰ ਗੁਰਨਾਮ ਸਿੰਘ ਤੇ ਉਹਦੀ ਬੋਟੀ ਹਰਬੰਸਕੌਰ ਤੇ ਦੋਨੋਂ ਬੇਟੀਆਂ ਤੇ ਕਾਕਾ ਜੀ ਹਰਬੰਸਕੌਰ ਦੇ ਪੇਕੇ ਜਾਣ ਲਈ ਤਿਆਰ ਸਨ ਕਿਉਂਕਿ ਹਰਬੰਸਕੌਰ ਦਾ ਭਰਾ ਬਹੁਤ ਬਿਮਾਰ ਸੀ ਖਬਰ ਲੈਣ ਤਾਂ ਜਾਣਾ ਹੀ ਬਣਦਾ ਸੀ ਗੱਡੀ ਤਿਆਰ ਸੀ ਬਸ ਘਰ ਬਲਬੀਰ ਨੂੰ ਹੀ ਛੱਡ ਕੇ ਜਾਣਾ ਸੀ ਕਿਉਂਕਿ ਅੱਜ ਤਾਂ ਘਰ ਦਾ ਨੌਕਰ ਵੀ ਆਪਣੀ ਕਿਸੇ ਰਿਸ਼ਤੇਦਾਰੀ 'ਚ ਗਿਆ ਹੋਇਆ ਸੀ ਤੇ ਘਰ ਇਕੱਲਾ ਕਿਵੇਂ ਛੱਡ ਕੇ ਜਾਇਆ ਜਾਏ ਪਰ ਹੋਇਆ ਏ ਕਿ ਤਿਆਰ ਹੁੰਦੇ ਹੁੰਦੇ ਹੀ ਸਰਦਾਰ ਗੁਰਨਾਮ ਸਿੰਘ ਦੀ ਪਿੱਠ 'ਚ ਤੰਜ਼ ਆ ਗਈ ਉਹ ਐਸਾ ਦੂਰਾ ਹੋਇਆ ਕਿ ਸਿੱਧਾ ਹੋਇਆ ਹੀ ਨਾ ਜਾਵੇ ਕਿਵੇਂ ਵੀ ਕਰਕੇ ਉਹਨੂੰ ਡਬਲ ਬੈੱਡ ਤੇ ਲੰਮਿਆਂ ਪਾਇਆ ਗਿਆ ਮੂਵ ਵਗੈਰਾ ਮਲੀ ਗਈ ਪਰ ਸਰਦਾਰ ਤੋਂ ਤਾਂ ਉਠਿਆ ਹੀ ਨਹੀਂ ਸੀ ਜਾ ਰਿਹਾ ਸਲਾਹ ਹੋਈ ਕਿ ਸਰਦਾਰ ਫੇਰ ਕਿਸੇ ਦਿਨ ਜਾਊਗਾ ਹੁਣ ਕਾਕਾ ਜੀ ਮਾਂ ਤੇ ਦੋਨੋਂ ਭੈਣਾਂ ਨੂੰ ਲੈ ਕੇ ਜਾ ਆਵੇ ਕਾਕਾ ਜੀ ਬਲਬੀਰ ਦੀ ਸੱਸ ਤੇ ਦੋਵੇਂ ਨਨਾਨਾ ਚਲੇ ਗਏ ਤਾਂ ਘਰ ਇਕਦਮ ਸੁਨਣਾ ਹੋ ਗਿਆ ਡੈਡੀ ਜੀ ਮੈਂ ਤੁਹਾਨੂੰ ਗਰਮ ਗਰਮ ਦੁੱਧ ਲਿਆ ਦੇਵਾਂ ਹਲਦੀ ਪਾ ਕੇ ਬਲਬੀਰ ਨੇ ਆਪਣੇ ਸਹੁਰੇ ਸਾਹਿਬ ਨੂੰ ਪੁੱਛਿਆ ਚਲੋ ਠੀਕ ਹੈ ਸ਼ਾਇਦ ਉਸ ਨਾਲ ਵੀ ਫਰਕ ਪੈ ਜਾਏ ਸਰਦਾਰ ਨੇ ਜਵਾਬ ਦਿੱਤਾ ਬਲਬੀਰ ਗਰਮ ਗਰਮ ਦੁੱਧ ਲਿਆਈ ਚੀਨੀ ਤੇ ਹਲਦੀ ਮਿਲਾ ਕੇ ਦੁੱਧ ਦਾ ਗਲਾਸ ਫੜਾਉਣ ਲੱਗੀ ਤੇ ਸਰਦਾਰ ਦੀ ਉਂਗਲਾ ਬਲਬੀਰ ਦੇ ਹੱਥ ਨੂੰ ਛੋ ਗਈਆਂ ਬਲਬੀਰ ਥੋੜਾ ਸੱਟ ਪਕਾ ਗਈ ਬਾਅਦਸਾ ਬਲਬੀਰ ਸਰਦਾਰ ਨੇ ਕਿਹਾ ਬਲਬੀਰ ਬੈੱਡ ਕੋਲ ਪਈ ਮੂੜੇ ਤੇ ਬੈਠ ਗਈ ਤੂੰ ਉਦਾਸ ਸੀ ਕਿਉਂ ਰਹੀ ਏ ਬਲਬੀਰ ਤੈਨੂੰ ਇੱਥੇ ਕੋਈ ਤਕਲੀਫ ਹੈ ਹਰਬੰਸ ਕੋਰ ਤਾਂ ਚੰਗੀ ਰਹਿੰਦੀ ਹੈ ਨਾ ਤੇਰੇ ਨਾਲ ਹੈ ਸਰਦਾਰ ਨੇ ਮੋੜ ਨਾਲ ਪੁੱਛ ਰਿਆ ਸੀ ਬਲਬੀਰ ਦਾ ਮਨ ਭਾਰ ਆਇਆ ਪਤਾ ਨਹੀਂ ਕਿਵੇਂ ਉਹਨੂੰ ਬਹੁਤੀ ਰੋਣਾ ਆ ਗਿਆ ਮੇਰੇ ਮਨ ਦੀ ਉਦਾਸੀ ਇਸ ਬੰਦੇ ਨੇ ਕਿਵੇਂ ਪੜ ਲਈ ਰੋਣਾ ਨਹੀਂ ਐਦਾਂ ਦਿਲ ਨੇ ਛੱਡੀ ਦਾ ਸਰਦਾਰ ਦਾ ਹੱਥ ਉਹਦੇ ਮੋਢੇ ਤੇ ਸੀ ਇੱਕ ਮਜ਼ਬੂਤ ਹੱਥ ਇੱਕ ਮਰਦ ਦਾ ਹੱਥ ਉਹਨੂੰ ਹੋਰ ਵੀ ਰੋਣਾ ਆ ਗਿਆ ਉਦਾ ਦਿਲ ਕੀ ਤੋ ਆਪਣੇ ਮਨ ਦੀ ਅੱਗ ਰੱਜ ਅੱਗ ਅਜ ਰੋ ਰੋ ਕੇ ਸ਼ਾਂਤ ਕਰ ਲੈ ਲਓ ਜੀ ਬਹੁਤ ਬਹੁਤ ਵਧਾਈਆਂ ਮੈਂ ਕਿਹ ਅਦੂਰੀਆਂ ਵਧਾਈਆਂ ਹੁਣ ਨੂੰ ਸੱਸ ਇੱਕੋ ਵੇਲੇ ਖੁਸ਼ਖਬਰੀ ਦੇਣ ਵਾਲੀਆਂ ਬਣੀਆਂ ਨੇ ਬਨਤੋ ਝੋਰੀ ਹੋ ਬਹੁਬੁਖ ਕੇ ਚੌਂਕੇ ਮੂਰੇ ਬੈਠ ਰਹੀ ਸੀ ਮੈਂ ਕਿਹਾ ਤੈਨੂੰ ਵਧੀਆ ਸੂਟ ਮਿਲੂਗਾ ਚਾਚੀ ਤੂੰ ਫਿਕਰ ਕਿਉਂ ਕਰਦੀ ਹੈ ਨੂੰ ਸੱਸ ਦੀ ਖੁਸ਼ਖਬਰੀ ਇੱਕੋ ਵੇਲੇ ਵੀ ਆ ਤੇ ਸਾਂਝੀ ਵੀ ਹੈ ਐਦਕੀ ਖਿੜ ਖਿੜ ਕੇ ਹੱਸਣ ਦੀ ਵਾਰੀ ਨੂੰ ਦੀ ਸੀ ਸਸਤਾ ਹੈਰਾ ਨੀ ਜੀ ਨਾਲ ਉਸਵਲ ਵੇਖਦੀ ਰਹਗੀ ਧੰਨਵਾਦ